ਜਿਹੜਾ ਜਲਾਲਾਬਾਦ ਵਿੱਚ ਅੱਜ ਹਾਦਸਾ ਹੋਇਆ ਮੇਰੀ ਸਾਨੂੰ ਖਬਰ ਪਹੁੰਚੀ ਵਟਸਐਪਾਂ ਰਾਹੀਂ ਅਸੀਂ ਉਸੇ ਟਾਈਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਜੀਕੇ ਨਾਲ ਰਾਬਤਾ ਕਾਇਮ ਕੀਤਾ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਰਾਬਤਾ ਕਾਇਮ ਕੀਤਾ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਇੱਕ ਐਸੀ ਸੰਸਥਾ ਹੈ ਜੋ ਸੇਵਾ ਵਿੱਚ ਲੱਗੀ ਹੋਈ ਹੈ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਪੂਰਨ ਤੌਰ 'ਤੇ ਸਾਡੇ ਨਾਲ ਸਹਿਯੋਗ ਕੀਤਾ ਕਿਉਂਕਿ ਸਾਡੇ ਕੋਲੋਂ ਸਹਿ ਨਹੀਂ ਗਿਆ ਉਹ ਜਿਹੜਾ ਦਰਦ ਅਫਗਾਨਿਸਤਾਨ ਵਿੱਚ ਕਰ ਅੱਜ ਹੋਇਆ ਜਲਾਲਾਬਾਦ ਦੀਆਂ ਸਿੱਖ ਸੰਗਤਾਂ ਦੇ ਨਾਲ ਅੱਜ ਉੱਥੇ ਜਿਹੜੇ ਰਹਿ ਰਹੇ ਸਨ ਜਿਹੜੀਆਂ ਸੇਵਾਵਾਂ ਕਰ ਰਹੇ ਸਨ ਉਹ ਸਾਰੇ ਨਿਸ਼ਕਾਮ ਸੇਵਾ ਕਰ ਰਹੇ ਸਨ ਅੱਜ ਸਾਨੂੰ ਬੜਾ ਵੱਡਾ ਦੁੱਖ ਅਤੇ ਦਰਦ ਹੈ ਕਿਉਂਕਿ ਜਿਹੜੇ ਜਲਾਲਾਬਾਦ ਦੇ ਗੁਰਦੁਆਰਿਆਂ ਦੀਆਂ ਦੇਖਭਾਲ ਕਰਦੇ ਸਨ ਅੱਜ ਉਹ ਇਸ ਸੰਸਾਰ 'ਤੇ ਨਹੀਂ ਰਹੇ ਅੱਜ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਉਹਨਾਂ ਨੂੰ ਅੱਜ ਬਹੁਤ ਹੀ ਇੱਕ ਐਸਾ ਕਾਤਲਾਨਾ ਹਮਲਾ ਕਰਕੇ ਉਹਨਾਂ ਦੇ ਉੱਤੇ ਹਮਲਾ ਕਰਕੇ ਅਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਜਿਹੜੇ ਉਹ ਹਮੇਸ਼ਾ ਸੇਵਾਵਾਂ ਕਰਦੇ ਸਨ ਗੁਰਦੁਆਰੇ ਸਾਹਿਬ ਜੀ ਦੀਆਂ ਅੱਜ ਸਾਡੀ ਕੌਮ ਇਸ ਕਰ ਬਹੁਤ ਹੀ ਕਾਟ ਨਜ਼ਰ ਆ ਰਹੀ ਹੈ ਅਸੀਂ ਇਹ ਸੋਚਣ ਲੱਗੇ ਹਾਂ ਕਿ ਜਲਾਲਾਬਾਦ ਦੇ ਗੁਰਦੁਆਰੇ ਗੁਰਧਾਮ ਗੁਰ ਅਸਥਾਨਾਂ ਦੀ ਦੇਖਭਾਲ ਦੀ ਸੇਵਾ ਹੁਣ ਉੱਥੇ ਕੌਣ ਕਰੇਗਾ ਸੋ ਸਾਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਤੋਂ ਆਸ ਹੈ ਕਿ ਉਹਨਾਂ ਨੇ ਪੂਰਨ ਤੌਰ 'ਤੇ ਅਫਗਾਨਿਸਤਾਨ ਦੀਆਂ ਸਿੱਖ ਸੰਗਤਾਂ ਦੇ ਨਾਲ ਪੂਰਨ ਤੌਰ 'ਤੇ ਸਹਿਯੋਗ ਕਰਨਾ ਹੈ ਅਤੇ ਭਾਰਤ ਸਰਕਾਰ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਸਿੱਖ ਅਫਗਾਨਿਸਤਾਨ ਵਿੱਚ ਘਰ ਰਹਿ ਰਹੇ ਹਨ ਉਹਨਾਂ ਦੇ ਨਾਲ ਪੂਰਨ ਤੌਰ 'ਤੇ ਉਹ ਪੂਰਨ ਤੌਰ 'ਤੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਸਿੱਖਾਂ ਦੀ ਦੇਖਭਾਲ ਭਾਰਤ ਸਰਕਾਰ ਕਰੇ ਜਿਨ੍ਹਾਂ ਦੇ 11 ਨਾਮ ਸਾਡੇ ਕੋਲ ਆ ਚੁੱਕੇ ਹਨ ਜਿਹੜੇ ਇਸ ਘਰ ਸ਼ਹੀਦ ਹੋਏ ਹਨ ਅਤੇ ਜਿਹੜੇ ਵੀ ਜ਼ਖਮੀ ਹਨ ਅਸੀਂ ਉਹਨਾਂ ਵਾਸਤੇ ਵੀ ਅਰਦਾਸ ਕਰਦੇ ਹਾਂ ਸਤਿਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਜਿਹੜੇ ਸ਼ਹੀਦ ਹੋਏ ਹਨ ਉਹਨਾਂ ਪਰਿਵਾਰਾਂ ਨੂੰ ਸਤਿਗੁਰੂ ਮਹਾਰਾਜ ਪਾਣੇ ਮੰਨਣ ਦਾ ਬਲ ਬਖਸ਼ਿਸ਼ ਕਰਨ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਏਗੀ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿਖੇ ਅਤੇ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਏਗੀ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਹੁਣ ਸਰਦਾਰ ਇੰਦਰਜੀਤ ਸਿੰਘ ਜੀ ਮੌਂਟੀ ਆਪ ਜੀ ਦੇ ਨਾਲ ਵਿਚਾਰ ਉਹ ਵੀ